ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਨਮੋਸ਼ੀਜਨਕ ਹਾਰ ਤੋਂ ਬਾਅਦ ਪਾਰਟੀ ਹੁਣ ਮੰਥਨ ਕਰ ਰਹੀ ਹੈ। ਮੰਥਨ ਆਖਰ ਹੋਵੇ ਵੀ ਕਿਉਂ ਨਾ, ਕਿਹੜੀਆਂ ਘਾਟਾਂ ਰਹੀਆਂ ਸਾਡੀ ਪਾਰਟੀ ਦੇ ਵਿੱਚ ਜਿਸ ਕਰਕੇ ਅਸੀਂ ਹਾਰ ਗਏ। ਆਮ ਆਦਮੀ ਪਾਰਟੀ ਇਹ ਗੱਲ ਸੋਚੇ ਸੋਚਣੀ ਬਣਦੀ ਵੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਸੋਚ ਰਹੀ ਹੈ ਕਿ ਕਿਹੜੀਆਂ ਪਾਰਟੀ ਦੇ ਅੰਦਰ ਕਮੀਆਂ ਰਹੀਆਂ ਜਿਹਦੇ ਨਾਲ ਕਮੀਆਂ ਕਰਕੇ ਸਾਡੀ ਪਾਰਟੀ ਆਖਰ ਹਾਰ ਗਈ, ਜਿਹੜੀਆਂ ਘਾਟਾਂ ਕਰਕੇ ਸਾਡੀ ਪਾਰਟੀ ਹਾਰ ਗਈ, ਸੋਚਣਾ ਬਣਦਾ ਵੀ ਹੈ ਇਹਨਾਂ ਸਿਆਸੀ ਪਾਰਟੀਆਂ ਦਾ। ਪਰ ਜਦੋਂ ਤੋਂ ਆਮ ਆਦਮੀ ਪਾਰਟੀ ਨੂੰ ਸਿਰਫ 3 ਸੀਟਾਂ ਆਈਆਂ ਨੇ, 3 ਸੀਟਾਂ ਕਿਹੜੀਆਂ? ਇੱਕ ਤਾਂ ਸੰਗਰੂਰ ਦੀ ਸੀਟ ਹੈ ਮੀਤ ਹੇਅਰ ਦੀ, ਇੱਕ ਰਾਜਕੁਮਾਰ ਚੱਬੇਵਾਲ ਦੀ ਸੀਟ ਹੈ ਹੁਸ਼ਿਆਰਪੁਰ ਦੀ, ਇੱਕ ਹੈਗੀ ਹੈ ਮਾਲਵਿੰਦਰ ਕੰਗ ਸਾਹਿਬ ਦੀ ਸੀਟ ਸ਼੍ਰੀ ਅਨੰਦਪੁਰ ਸਾਹਿਬ ਦੀ। ਇਹ ਸਿਰਫ 3 ਸੀਟਾਂ ਜਿੱਤੀ ਹੈ ਆਮ ਆਦਮੀ ਪਾਰਟੀ, 10 ਸੀਟਾਂ ਦੇ ਉੱਪਰ ਹਾਰ ਹੋਈ ਹੈ ਆਮ ਆਦਮੀ ਪਾਰਟੀ ਦੀ। ਬੇਸ਼ੱਕ ਸੀਟਾਂ ਦੇ ਉੱਪਰ, ਕਈ ਸੀਟਾਂ ਦੇ ਉੱਪਰ ਬੜੇ ਥੋੜ੍ਹੇ ਮਾਰਜਨ ਦੇ ਨਾਲ ਹਾਰ ਹੋਈ ਹੈ, ਪਰ ਹਾਰ ਤਾਂ ਦੋਸਤੋ ਹਾਰ ਹੁੰਦੀ ਹੈ। ਜਿਵੇਂ ਪਟਿਆਲਾ ਦੀ ਸੀਟ ਹੈ ਜਾਂ ਹੋਰ ਸੀਟਾਂ ਵੀ ਹੈਗੀਆਂ ਨੇ, ਜੇਕਰ ਮੈਂ ਗਿਣਾਉਣ ਲੱਗਾ ਤਾਂ ਕਾਫੀ ਸਮਾਂ ਨਿਕਲ ਜੂਗਾ। ਪਰ ਮੈਂ ਦੇਖ ਰਿਹਾ ਹਾਂ ਕਿ ਕੁਛ ਕੁ ਦਿਨਾਂ ਤੋਂ ਆਮ ਆਦਮੀ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਜਿਹੜੇ ਯੂਟਿਊਬ ਚੈਨਲ ਨੇ ਉਹ ਚੈਨਲ ਲਗਾਤਾਰ ਇਹ ਗੱਲ ਨੂੰ ਉਭਾਰ ਰਹੇ ਨੇ ਕਿ ਭਗਵੰਤ ਮਾਨ ਹੁਣ ਬਦਲੇ ਜਾ ਰਹੇ ਨੇ, ਕਿ ਭਗਵੰਤ ਮਾਨ ਤੋਂ ਬਾਅਦ ਕੋਈ ਹੋਰ ਜਿਹੜਾ ਵਿਅਕਤੀ ਹੈ ਉਹ ਪੰਜਾਬ ਦਾ ਮੁੱਖ ਮੰਤਰੀ ਹੋ ਸਕਦਾ, ਕਿਉਂਕਿ ਰੱਦੋ ਬਦਲ ਦੀ ਗੱਲ ਚੱਲੀ ਸੀ। ਮਾਨ ਸਾਹਿਬ ਉੱਥੇ ਵੀ ਗਏ ਸੀ ਤਿਹਾੜ ਜੇਲ੍ਹ ਦੇ ਵਿੱਚ ਦਿੱਲੀ, ਅਰਵਿੰਦ ਕੇਜਰੀਵਾਲ ਜੀ ਉੱਥੇ ਬੰਦ ਨੇ, ਲਿਕਰ ਪੋਲਿਸੀ ਦਾ ਮਾਮਲਾ ਆਪਾਂ ਨੂੰ ਪਤਾ ਕਿ ਉਹ ਤਿਹਾੜ ਜੇਲ੍ਹ ਦੇ ਵਿੱਚ ਨੇ। ਚੋਣਾਂ ਦੇ ਸਮੇਂ ਜ਼ਰੂਰ ਪ੍ਰਚਾਰ ਕਰਨ ਦੇ ਲਈ ਅਰਵਿੰਦ ਕੇਜਰੀਵਾਲ ਨੂੰ ਸਮਾਂ ਦਿੱਤਾ ਗਿਆ ਸੀ, 2 ਤਰੀਕ ਨੂੰ ਕੇਜਰੀਵਾਲ ਸਾਹਿਬ ਜਾ ਕੇ ਫਿਰ ਆਪਣੇ ਉੱਥੇ ਉਹ ਪੇਸ਼ ਹੋ ਗਏ ਸੀ। ਤਾਂ ਜਦੋਂ ਮਾਨ ਸਾਹਿਬ ਮਿਲੇ ਸੀ, ਮਿਲਣ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਵਿੱਚ ਬੜਾ ਰੌਲਾ ਪਿਆ ਕਿ ਜਿਹੜੇ ਉਮੀਦਵਾਰ ਖੜ੍ਹੇ ਕੀਤੇ ਸੀ, ਉਮੀਦਵਾਰ ਜਿਹੜੇ ਕੈਬਨਿਟ ਰੈਂਕ ਦੇ ਮੰਤਰੀ ਸੀ ਉਹ ਖੜ੍ਹੇ ਕੀਤੇ ਸੀ, ਉਹ ਹਾਰ ਗਏ, ਜਾਂ ਕੁਛ ਪਾਰਟੀ ਦੀ ਹੋਈ ਨਮੋਸ਼ੀਜਨਕ ਹਾਰ ਤੋਂ ਬਾਅਦ ਪਾਰਟੀ ਦਾ ਜਿਹੜਾ ਵੋਟ ਪ੍ਰਸੈਂਟੇਜ ਘਟਿਆ, ਪਾਰਟੀ ਦਾ ਗ੍ਰਾਫ ਥੱਲੇ ਆਇਆ। ਇਸ ਸਭ ਕਾਸੇ ਦੇ ਮੱਦੇਨਜ਼ਰ ਇੱਕ ਜਿਹੜਾ ਵੱਡਾ ਬਦਲਾਅ ਹੈ ਉਹ ਬਦਲਾਅ ਆਮ ਆਦਮੀ ਪਾਰਟੀ ਦੇ ਵਿੱਚ ਹੋਣ ਜਾ ਰਿਹਾ। ਆਮ ਆਦਮੀ ਪਾਰਟੀ ਦੇ ਸੰਗਠਨ ਅਤੇ ਕੈਬਨਿਟ ਦੇ ਵਿੱਚ ਕੋਈ ਚੇਂਜਿੰਗ ਹੋ ਸਕਦੀਆਂ ਨੇ, ਕੋਈ ਫੇਰ ਬਦਲ, ਕੋਈ ਰੱਦੋ ਬਦਲ ਹੋ ਸਕਦੀ ਹੈ, ਪਰ ਵਿਰਾਮ ਚਿੰਨ੍ਹ ਲੱਗ ਗਿਆ, ਕੋਈ ਰੱਦੋ ਬਦਲ ਹੋਈ ਨਹੀਂ। ਤਾਂ ਯੂਟਿਊਬ ਚੈਨਲ ਜਿਹੜੇ ਹੈਗੇ ਨੇ, ਗੱਲ ਰੱਖੀ ਮੈਨੂੰ, ਦੇਖੋ ਇਹ ਗੱਲ ਕਹਿਣ ਦੇ ਵਿੱਚ ਵੀ ਕੋਈ ਝਿਜਕ ਨਹੀਂ ਹੈਗੀ ਕਿ ਉਲਾਰੂਪਣ ਬਹੁਤ ਹੈ ਯੂਟਿਊਬ ਚੈਨਲਾਂ ਦੇ ਵਿੱਚ। ਜੇਕਰ ਕੋਈ ਅਕਾਲੀਆਂ ਦਾ ਪੱਖ ਪੂਰਦਾ ਤਾਂ ਉਹ ਅਕਾਲੀਆਂ ਦਾ ਹੀ ਪੱਖ ਪੂਰ ਰਿਹਾ, ਜੇਕਰ ਕੋਈ ਆਮ ਆਦਮੀ ਪਾਰਟੀ ਦਾ ਪੱਖ ਪੂਰ ਰਿਹਾ ਤਾਂ ਆਮ ਆਦਮੀ ਪਾਰਟੀ ਦੇ ਪੱਖ ਪੂਰ ਰਿਹਾ, ਜੇ ਕੋਈ ਕਾਂਗਰਸ ਦਾ ਪੱਖ ਪੂਰ ਰਿਹਾ ਇੱਦਾਂ, ਹਾਂ ਬਸ ਉਹ ਕਾਂਗਰਸ ਦਾ ਹੀ ਪੱਖ ਪੂਰ ਰਿਹਾ। ਜੇ ਕੋਈ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਤਾਂ ਖਿਲਾਫ ਹੋਏ ਉਸ ਚੈਨਲ ਨੂੰ, ਆਮ ਆਦਮੀ ਪਾਰਟੀ ਦੀਆਂ ਕੋਈ ਚੰਗੀਆਂ ਨੀਤੀਆਂ ਵੀ ਚੰਗੀਆਂ ਨਹੀਂ ਲੱਗਦੀਆਂ, ਚੰਗੇ ਦੇ ਵਿੱਚੋਂ ਵੀ ਉਹ ਮਾੜਾ ਭਾਲਦਾ। ਜਿਹੜਾ ਚੈਨਲ ਅਕਾਲੀ ਦਲ ਦੇ ਖਿਲਾਫ ਹੈ ਉਹਨੂੰ ਅਕਾਲੀ ਦਲ ਦਾ ਕੁਛ ਵੀ ਚੰਗਾ ਨਹੀਂ ਲੱਗਦਾ, ਉਹਨੂੰ ਸਾਰਾ ਕੁਛ ਹੀ ਮਾੜਾ ਲੱਗਦਾ। ਜਿਹੜਾ ਚੈਨਲ ਕਾਂਗਰਸ ਦੇ ਖਿਲਾਫ ਹੈ ਉਹਨੂੰ ਕਾਂਗਰਸ ਦਾ ਸਭ ਕੁਛ ਮਾੜਾ ਲੱਗਦਾ, ਉਹਨੂੰ ਕਾਂਗਰਸ ਦਾ ਕੁਛ ਵੀ ਚੰਗਾ ਨਹੀਂ ਲੱਗਦਾ। ਇਹ ਮੀਡੀਆ ਦੇ ਵਿੱਚ ਇੱਕ ਉਲਾਰੂਪਣ ਹੈਗਾ, ਮੈਂ ਇਹਦੇ ਤੋਂ ਕਦੇ ਮੈਨੂੰ ਕਰ ਨਹੀਂ ਹੋਇਆ। ਹੋਣਾ ਤਾਂ ਇੱਦਾਂ ਚਾਹੀਦਾ ਕਿ ਜਿਹੜੇ ਯੂਟਿਊਬ ਚੈਨਲ ਨੇ, ਭਾਵੇਂ ਮੇਨ ਸਟ੍ਰੀਮ ਮੀਡੀਆ ਵੀ ਹੈਗਾ ਜਾਂ ਯੂਟਿਊਬਰ ਵੀ ਨੇ, ਜਿਹੜਾ ਸਹੀ ਤੱਥ ਹੈ, ਜਿਹੜਾ ਟਰੂ ਫੈਕਟ ਹੈ, ਉਸ ਨੂੰ ਤੁਸੀਂ ਉਭਾਰੋ। ਕਿਸੇ ਪੱਕੀ ਤੁਹਾਡੀ ਜਿਹੜੀ ਸੋਚ ਹੈ ਉਹ ਉਲਾਰੂ ਸੋਚ ਨਾ ਹੋਵੇ, ਜਾਂ ਫਿਰ ਕਿਸੇ ਦਾ ਤੁਹਾਨੂੰ ਸਿਰਫ ਕਮੀਆਂ ਹੀ ਨਜ਼ਰ ਆਉਣ। ਜਿਵੇਂ ਭਗਵੰਤ ਮਾਨ ਸਾਹਿਬ ਬਦਲੇ ਜਾਣਗੇ ਜਾਂ ਨਹੀਂ ਬਦਲੇ ਜਾਣਗੇ, ਤਾਂ ਜਾਂ ਭਗਵੰਤ ਮਾਨ ਸਾਹਿਬ ਜਾਣਦੇ ਨੇ ਜਾਂ ਫਿਰ ਦਿੱਲੀ ਜਿਹੜੀ ਲੀਡਰਸ਼ਿਪ ਹੈ ਉਹ ਜਾਣਦੀ ਹੈ। ਯੂਟਿਊਬ ਚੈਨਲਾਂ ਨੇ ਤਾਂ ਫਤਵਾ ਦਿੱਤਾ ਕਿ ਭਗਵੰਤ ਮਾਨ ਸਾਹਿਬ ਹੁਣ ਬਦਲੇ ਜਾ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਵਾਲੀ ਭਗਵੰਤ ਮਾਨ ਸਾਹਿਬ ਦੇ ਨਾਲ ਹੋ ਰਹੀ ਹੈ।
ਇਹ ਚੀਜ਼ਾਂ ਮੀਡੀਆ ਦੀ ਇੱਕ ਪਰਸੈਪਸ਼ਨ ਬਣਾਈ ਹੋਈ ਹੈਗੀ ਹੈ ਕਿ ਭਗਵੰਤ ਮਾਨ ਬਦਲੇ ਜਾ ਰਹੇ ਨੇ, ਕਿ ਤਾਂ ਮੈਂ ਇਹ ਕਲੀਅਰ ਕਰਦਾ, ਆਫਿਸ਼ੀਅਲ ਤੌਰ ਦੇ ਉੱਪਰ ਇੱਦਾਂ ਦਾ ਕੁਛ ਨਹੀਂ ਫਿਲਹਾਲ ਹੁਣ ਤੱਕ ਹੈਗਾ, ਪਾਰਟੀ ਪੱਧਰ ਦੇ ਉੱਪਰ ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ ਕਿ ਭਗਵੰਤ ਮਾਨ ਸਾਹਿਬ ਨੂੰ ਚੇਂਜ ਕੀਤਾ ਜਾ ਰਿਹਾ, ਕਿਸੇ ਹੋਰ ਵਿਅਕਤੀ ਨੂੰ ਲੈ ਕੇ ਆਉਂਦਾ ਜਾ ਰਿਹਾ, ਪਰ ਭਗਵੰਤ ਮਾਨ ਸਾਹਿਬ ਮੀਟਿੰਗਾਂ ਜ਼ਰੂਰ ਲੈ ਰਹੇ ਨੇ, ਦੋ ਦੋ ਲੋਕ ਸਭਾ ਹਲਕੇ ਨੇ ਜਿਹੜੇ, ਉਹਨਾਂ ਦੀਆਂ ਮੀਟਿੰਗਾਂ ਲਈਆਂ ਨੇ, ਬੀਤੇ ਕੱਲ੍ਹ ਅਧਿਕਾਰੀਆਂ ਦੀ ਮੀਟਿੰਗਾਂ ਲਈਆਂ ਨੇ, ਕਾਫੀ ਸਖਤ ਵੀ ਉਹ ਨਜ਼ਰ ਆਏ ਨੇ ਕਿ ਕਿਸੇ ਤਰ੍ਹਾਂ ਦੀ ਜਿਹੜੀ ਕੁਤਾਹੀ ਹੈ ਕੁਤਾਹੀ ਮੈਂ ਵਰਤਣ ਨਹੀਂ ਦਿਊਂਗਾ। ਚੰਗਾ ਹੁੰਦਾ ਕਿ ਗੱਲ ਪਹਿਲਾਂ ਵੀ ਜੇਕਰ ਕੁਤਾਹੀ ਵਰਤੀ ਗਈ ਹੈ ਤਾਂ ਪਹਿਲਾਂ ਹੀ ਕੁਤਾਹੀ ਰੋਕ ਲਈ ਜਾਂਦੀ ਤਾਂ ਪਾਰਟੀ ਦਾ ਇਹ ਹਾਲ ਨਹੀਂ ਸੀ ਹੋਣਾ। ਗਲਤੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਤੋਂ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਦੇਖੋ ਕਿ ਭਗਵੰਤ ਮਾਨ ਤਾਂ ਚੀਫ ਮਿਨਿਸਟਰ ਨੇ ਪੰਜਾਬ ਦੇ, ਦੂਜੇ ਪਾਸੇ MLA ਨੇ, MLAਆਂ ਦੀਆਂ ਆਪਣੀਆਂ ਗਲਤੀਆਂ ਨੇ, ਮੈਂ ਇਹ ਗੱਲ ਆਫਿਸ਼ੀਅਲ ਤੌਰ ਦੇ ਉੱਪਰ ਔਨ ਰਿਕਾਰਡ ਚੈਨਲ ਦੇ ਉੱਪਰ ਕਹਿ ਰਿਹਾ, ਗਲਤੀਆਂ ਛੋਟੀਆਂ ਨਹੀਂ ਹੈਗੀਆਂ। ਆਮ ਆਦਮੀ ਪਾਰਟੀ ਦੇ ਜਿਹੜੇ MLA ਨੇ, ਇਹਨਾਂ MLAਆਂ ਦੀਆਂ ਗਲਤੀਆਂ ਵੱਡੀਆਂ ਨੇ। ਸਭ ਤੋਂ ਪਹਿਲਾਂ ਜਿਹੜੀ ਗਲਤੀ ਆਮ ਆਦਮੀ ਪਾਰਟੀ ਦੇ MLAਆਂ ਦੀ, ਉਹ ਹੈਗੀ ਹੈ ਕਿ ਜਿਹੜੇ ਪੁਰਾਣੇ ਵਰਕਰ ਸੀ ਆਮ ਆਦਮੀ ਪਾਰਟੀ ਦੇ, ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਰੇਡ ਦੀ ਹੱਡੀ ਸੀ, ਜਦੋਂ ਸਰਕਾਰ ਬਣੀ ਇਹਨਾਂ MLAਆਂ ਨੇ ਉਹਨਾਂ ਲੋਕਾਂ ਨੂੰ ਖੁੱਡੇ ਲੈਣ ਲਾਤਾ, ਬਿਲਕੁਲ ਪਾਸੇ ਕਰਤਾ ਇਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵਰਕਰਾਂ ਨੂੰ। ਦੂਜਾ ਹੋ ਗਿਆ ਕਿ ਲੋਕਾਂ ਦੇ ਨਾਲੋਂ ਰਾਬਤਾ ਟੁੱਟ ਗਿਆ, ਲੋਕਾਂ ਦੇ ਨਾਲੋਂ ਬਿਲਕੁਲ ਰਾਬਤਾ ਟੁੱਟ ਗਿਆ, ਇਸ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੇ MLA ਨੂੰ ਲੱਗਿਆ, ਕਿਉਂਕਿ ਸੱਤਾ ਦੇ ਵਿੱਚ ਹਰ ਇੱਕ ਧਿਰ ਨੂੰ ਇਹ ਲੱਗਦਾ ਹੁੰਦਾ, ਆਮ ਆਦਮੀ ਪਾਰਟੀ ਦੇ ਜਿਹੜੇ MLA ਸੀ ਉਹਨਾਂ ਨੂੰ ਲੱਗਿਆ ਕਿ ਅਕਾਲੀ ਕਾਂਗਰਸੀ ਤਾਂ ਹੁਣ ਖਤਮ ਨੇ, ਹੁਣ ਜੇਕਰ ਦੌਰ ਹੈ ਤਾਂ ਉਹ ਦੌਰ ਸਿਰਫ ਆਮ ਆਦਮੀ ਪਾਰਟੀ ਦਾ। ਇਸ ਗੱਲ ਨੂੰ ਉਹ ਸੀਰੀਅਸ ਲੈ ਗਏ, ਉਹਨਾਂ ਨੂੰ ਪਤਾ ਨਹੀਂ ਸੀ ਕਿ ਅਕਾਲੀ ਦਲ ਅਤੇ ਕਾਂਗਰਸ ਇੱਕ ਪੁਰਾਣੀ ਪਾਰਟੀ ਹੈ, ਇੱਕ ਪੁਰਾਣਾ ਸੰਗਠਨ ਹੈ, ਇਹਨਾਂ ਦਾ ਕੇਡਰ ਪਿੰਡਾਂ ਦੇ ਵਿੱਚ ਹੈਗਾ, ਇਸ ਚੀਜ਼ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ, ਪਰ ਇਹਨਾਂ ਨੇ ਇਗਨੋਰ ਕੀਤਾ। ਇਸ ਤੋਂ ਬਾਅਦ MLAਆਂ ਦੇ ਹੋਰ ਵੀ ਵਿੱਚ ਕਾਰਨ ਬਣਦੇ ਨੇ, ਜਿਵੇਂ ਵੱਡੀਆਂ ਵੱਡੀਆਂ ਜੁਆਇਨਿੰਗਾਂ ਕਰਾਉਣੀਆਂ, ਇਹ ਜੁਆਇਨਿੰਗਾਂ ਅਕਾਲੀ ਦਲ ਦੇ ਵਿੱਚੋਂ ਬੰਦੇ ਲੈ, ਤੁਸੀਂ ਕਾਂਗਰਸ ਦੇ ਵਿੱਚੋਂ ਬੰਦੇ ਲੈ, ਪੂਰੇ ਪੰਜਾਬ ਦੇ ਵਿੱਚ ਪ੍ਰਤੀਕਰਮ ਚੱਲਿਆ ਇਹ, ਤੁਸੀਂ ਉੱਧਰੋਂ ਬੰਦੇ ਲੈ ਆਏ। ਫਿਰ ਯਾਰ ਪਿੰਡਾਂ ਦੇ ਵਰਕਰ ਸੋਚਦੇ ਸੀ ਜਾਂ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਸੋਚਦੇ ਸੀ ਕਿ ਅਸੀਂ ਜਿਹਨਾਂ ਦੇ ਖਿਲਾਫ ਵੋਟ ਲਾਏ, ਜਿਨ੍ਹਾਂ ਦੇ ਖਿਲਾਫ ਅਸੀਂ ਲੜੇ, ਤੁਸੀਂ ਉਹਨਾਂ ਲੋਕਾਂ ਨੂੰ ਲਿਆ ਕੇ ਸਾਡੇ ਸਿਰ ਦੇ ਉੱਪਰ ਬਿਠਾਤਾ, ਇੱਕ ਪਿੰਡ ਦੇ ਵਿੱਚ ਇੱਕ ਧੜਾ ਆਮ ਆਦਮੀ ਪਾਰਟੀ ਦੇ MLA ਦੀ ਇਸ ਕਰਕੇ ਸਪੋਰਟ ਕਰ ਰਿਹਾ ਕਿ ਅਸੀਂ ਚੰਗਾ ਚਾਹੁੰਦੇ ਹਾਂ ਕਿ ਸਮਾਜ ਦੇ ਵਿੱਚ ਚੰਗਾ ਹੋਵੇ। ਦੂਜੇ ਪਾਸੇ ਉਹੀ MLA ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚੋਂ ਲਿਆ ਕੇ ਬੰਦਾ ਆਮ ਆਦਮੀ ਪਾਰਟੀ ਜਿਹੜੇ ਪੁਰਾਣੇ ਵਲੰਟੀਅਰ ਨੇ ਉਹਨਾਂ ਦੇ ਸਿਰ ਦੇ ਉੱਪਰ ਲਿਆ ਕੇ ਬਿਠਾ ਦਿੰਦਾ, ਜਿਸ ਤੋਂ ਨੁਕਸਾਨ ਹੋਇਆ। ਇਸ ਤੋਂ ਬਾਅਦ ਫਿਰ ਵੱਡੇ ਫੈਕਟਰ ਵੀ ਹੈਗੇ ਨੇ, ਜਿਵੇਂ 1,000 ਰੁਪਇਆ ਸਰਕਾਰ ਨੇ ਪਾਉਣਾ ਸੀ ਉਹ ਨਹੀਂ ਪਿਆ, ਦਿੱਲੀ ਵਾਲਿਆਂ ਦੀ ਦਖਲਅੰਦਾਜ਼ੀ ਦੀ ਲਗਾਤਾਰ ਗੱਲ ਚੱਲਦੀ ਰਹੀ, ਉਹ 'ਚ ਜਿਵੇਂ ਹੋਈਆਂ। ਸਿੱਧੂ ਮੂਸੇਵਾਲੇ ਦੀ ਘਟਨਾ ਜਿਹੜੀ ਹੈਗੀ ਹੈ ਉਸਨੇ ਨੁਕਸਾਨ ਕੀਤਾ। ਅੰਮ੍ਰਿਤਪਾਲ, ਦੇਖੋ ਮੈਂ ਸਹੀ ਗਲਤ ਦੇ ਰੌਲੇ ਦੇ ਵਿੱਚ ਨਹੀਂ ਪੈਂਦਾ ਕਿ ਪਾਰਟੀ ਨੇ ਸਹੀ ਕੀਤਾ, ਸਰਕਾਰ ਨੇ ਗਲਤ ਕੀਤਾ, ਇਹ ਚੀਜ਼ਾਂ ਨਹੀਂ, ਪਰ ਇੱਕ ਚੀਜ਼ ਤਾਂ ਹੈਗੀ ਹੈ ਕਿ ਅੰਮ੍ਰਿਤਪਾਲ ਦਾ ਜਿਹੜਾ ਅੰਮ੍ਰਿਤਪਾਲ ਦੇ ਕਰਕੇ ਜਿਹੜਾ ਨੁਕਸਾਨ ਹੈ ਪਾਰਟੀ ਨੂੰ, ਨੁਕਸਾਨ ਹੋਇਆ, ਖਡੂਰ ਸਾਹਿਬ ਦੀ ਸੀਟ ਵੀ ਲੂਜ਼ ਕਰਨੀ ਪਈ ਪਾਰਟੀ ਨੂੰ, ਲੋਕਾਂ ਦੇ ਵਿੱਚ ਇੱਕ ਇਮੋਸ਼ਨਲ ਫੈਕਟਰ ਵੀ ਗਿਆ, ਇਹ ਚੀਜ਼ ਖੈਰ ਅਕਾਲੀ ਦਲ ਨੂੰ ਵੀ ਭੁਗਤਣੀ ਪਈ। ਇਹ ਸਾਰੀਆਂ ਚੀਜ਼ਾਂ ਨੇ ਜਿਹੜਾ ਹੈਗਾ ਉਹ ਦੋਸਤ ਨੁਕਸਾਨ ਕੀਤਾ ਆਮ ਆਦਮੀ ਪਾਰਟੀ ਦਾ। ਹੁਣ ਆਮ ਆਦਮੀ ਪਾਰਟੀ ਕਹਿੰਦੇ ਕਿ ਅਸੀਂ ਮੰਥਨ ਕਰ ਰਹੇ ਹਾਂ, ਅਸੀਂ ਸੋਚ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਾਡਾ ਭਲਾ ਉਹ ਭਲਾ ਹੋ ਸਕੇ।